जिथा जाए बई पला कई एक ओंकार सतनाम कर्ता पुरख निरभउ निरवैर अकाल मूरत अजूनी सहभंग गुरप्रसाद। धन श्री गुरु नानक देव सतगुर सच्चे पातशाह की मुबारक रसना तो प्रगट होया ए मूल मंत्र जो समुचे विश्व दे जीवां नूं एक परिपूर्ण परमात्मा दे गुणां दा व्याख्यान करन विच समर्थ है। सिख दी सब तो पहली पढ़ाई मूल मंत्र तो आरंभ होनी चाहिए। समुची मानवता दे लई मूल मंत्र गुरमत दा विशेष सिद्धांत है। मूल जो होया ए है मानवता दा मुढ। धन श्री गुरु नानक देव जी ने इस मूल मंत्र दे राही सारी मानवता नूं एक धागे विच परो दिता ते परमात्मा दे गुणा दे बेश कीमती हीरे माणक इस धागे दे विच परो के मानवता विच वंड दिते। असल है ए सिमरना, असल है ये बेशकीमती मोतियां दी माला जो अखरां दे रूप विच परो के मूल मंत्र दा सिद्धांत सतगुरु ने जगत विच वरताया। वाहिगुरु परमेश्वर दे बेअंत नामां विचों एक नाम है। असंख नाओ असंख थाओ अगम अगम असंख लो असंख कै सिर पार होए। अखरी नाम अखरी साला अखरी ज्ञान गीत गुणगा अखरी लिखण बोलण बाण अखरां सिर संजोग वखाण। गुरसिख नूं वाहिगुरु गुरमंत्र दा जाप करन दा हुक्म सतगुरां ने बख्शिया ते मूल मंत्र परमेश्वर दे बेअंत गुणा दा बखियान है। परमेश्वर दे गुणा नूं चेते करना जां परमात्मा वाहिगुरु दे नाम नूं सिमरना यह धर्म दी खेड है। जे मूल मंत्र दे विच डूंगी चुभी लाउण दा यतन करिए ना ते एक ओंकार सिख फिलासफी है। साढ़े अंग्रेज वीर आखते हैं गॉड इज वन। साढ़े हिंदू वीर आखते हैं परमात्मा एक है। ते साढ़े मुसलमान वीर भी एक खुदा दी होंद नूं मनदे हन। धन श्री गुरु ग्रंथ साहिब जी दी पावन बाणी एक ओंकार तो आरंभ तां हुंदी है ते समुची बाणी सच जानना केवल एक ओंकार दी व्याख्या पई करदी है। मूल मंत्र नूं गौ नाल विचारीए। बाबे नानक ने कैसा सिद्धांत कैसा फलसफा जगत नूं बख्शिश कर दिता बदकिस्मती नाल असी पछाण नहीं सके। एक ओंकार सिख फलासफी है।
ਸਤਨਾਮ ਧਰਮ ਹੈ। ਧਰਮ ਨੂੰ ਜਿਉਣਾ, ਧਰਮ ਨੂੰ ਹਿਰਦੇ ਵਿੱਚ ਧਾਰਨ ਕਰਨਾ ਅਤੇ ਕਰਤਾ ਪੁਰਖ ਜੀਵਨ ਦਾ ਨਜ਼ਰੀਆ ਹੈ। ਦਿਸ ਇਜ਼ ਦਾ ਵੇ ਆਫ ਲਾਈਫ। ਇਹ ਸਾਰੀ ਰਚਨਾ ਉਸ ਕਰਤੇ ਦੀ ਹੈ। ਬੇਨਤੀ ਕਰਾਂ, ਕਰਤਾ ਲਫ਼ਜ਼ ਬੜਾ ਕਮਾਲ ਦਾ ਹੈ। ਇਸ ਸੰਸਾਰ ਦੇ ਵਿੱਚ ਕਿਸੇ ਵੀ ਕਾਰੀਗਰ ਨੇ ਜੇ ਕੋਈ ਸ਼ੈ ਤਿਆਰ ਕੀਤੀ ਹੈ ਨਾ, ਤੇ ਉਸ ਵਸਤੂ ਨੂੰ ਤਿਆਰ ਕਰਕੇ ਦੂਜੇ ਦੇ ਹੱਥ ਵਿੱਚ ਵੇਚ ਦਿੱਤਾ, ਕਾਰੀਗਰ ਆਪ ਆਪਣੀ ਕਾਰੀਗਰੀ ਤੋਂ ਜੁਦਾ ਹੋ ਗਿਆ, ਮੁੱਲ ਜੋ ਲੈ ਲਿਆ। ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਵਸਤਾਂ ਨੂੰ ਮੰਨਦੇ ਹਾਂ, ਜੇ ਕਦੇ ਉਸ ਵਸਤੂ ਦੇ ਕਾਰੀਗਰ ਨੂੰ ਲੱਭਣ ਦਾ ਯਤਨ ਕਰੀਏ ਨਾ, ਅਸੰਭਵ ਹੋ ਜਾਏਗਾ। ਵਸਤਰ ਪਹਿਨਦੇ ਹਾਂ, ਪਤਾ ਨਹੀਂ ਇਸ ਵਸਤਰ ਨੂੰ ਬਣਾਉਣ ਵਾਲਾ ਕਾਰੀਗਰ ਕੌਣ ਹੈ ਅਤੇ ਕਿੱਥੇ ਗਿਆ। ਅੰਨ ਪ੍ਰਸ਼ਾਦਾ ਛਕਦੇ ਹਾਂ, 36 ਪ੍ਰਕਾਰ ਦੇ ਭੋਜਨ ਰਸਾਂ ਕਸਾਂ ਵਿੱਚ ਖਚਤ ਹੋਏ ਆ, ਇਹ ਭੋਜਨ ਕਿਸ ਨੇ ਤਿਆਰ ਕੀਤਾ, ਕਿੱਥੋਂ ਅੰਨ ਆਇਆ, ਕਿਹਨੇ ਭੋਜਨ ਤਿਆਰ ਕੀਤਾ, ਇਹ ਵੱਖਰੀ ਖੇਡ ਹੈ। ਕਾਰੀਗਰ ਆਪਣੀ ਕਿਰਤ ਤੋਂ ਵੱਖ ਹੋ ਗਿਆ। ਪਰ ਸਾਧ ਸੰਗਤ ਜੀ, ਇਸ ਕੁਦਰਤ ਦਾ ਕਾਰੀਗਰ ਜੋ ਕਰਤਾ ਪੁਰਖ ਹੈ, ਕਰਤਾ ਲਫ਼ਜ਼ ਨੂੰ ਵੱਖ ਵੱਖ ਪੜ੍ਹੋ, ਸੰਧੀ ਵਿਛੇਦ ਕਰੋ, ਕਰ ਜਮਾ ਰਤਾ, ਕਰਤਾ ਉਸਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕਰਕੇ ਇਸ ਕੁਦਰਤ ਦਾ ਪਸਾਰਾ ਬਣਾ ਕੇ, ਉਹ ਰੱਬ ਪਰਮੇਸ਼ਵਰ ਕੁਦਰਤ ਤੋਂ ਵੱਖ ਨਹੀਂ ਹੋਇਆ, ਦੂਰ ਨਹੀਂ ਹੋਇਆ, ਇਸੇ ਕੁਦਰਤ ਵਿੱਚ ਰਤਿਆ ਹੋਇਆ। ਕਰ ਜਮਾ ਰਤਾ, ਪਹਿਲਾਂ ਕੁਦਰਤ ਨੂੰ ਸਾਜਿਆ, ਜੀਵਾਂ ਦੀ ਸਿਰਜਣਾ ਕੀਤੀ। ਕਲਗੀਧਰ ਪਾਤਸ਼ਾਹ ਦਾ ਫੁਰਮਾਨ, ਖੰਡਾ ਪ੍ਰਥਮ ਹੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਇਹ ਸਾਰੀ ਸ੍ਰਿਸ਼ਟੀ ਦਾ ਕਰਤਾ ਆਪ ਅਕਾਲ ਪੁਰਖ ਹੈ। ਪਰ ਇਸ ਸ੍ਰਿਸ਼ਟੀ ਦੀ ਰਚਨਾ ਕਰਕੇ ਕਿਤੇ ਦੂਰ ਨਹੀਂ ਗਿਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਕੁਦਰਤ ਦੇ ਜ਼ਰੇ ਜ਼ਰੇ ਵਿੱਚ ਆਪ ਆਸਣ ਲਾ ਕੇ ਬਹਿ ਗਿਆ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਤੇ ਬੜੇ ਚਾਅ ਨਾਲ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਨੂੰ, ਜੀਵਾਂ ਨੂੰ ਵੇਖਦਾ ਅਤੇ ਪ੍ਰਸੰਨ ਹੁੰਦਾ। ਇਸ ਸੰਸਾਰ ਦੇ ਵਿੱਚ ਜਿੰਨੀ ਵੀ ਸ੍ਰਿਸ਼ਟੀ ਦੀ ਰਚਨਾ ਹੈ, ਜੀਵ ਹਨ, ਮਨੁੱਖਤਾ ਹੈ, ਉਹ ਸਭ ਇੱਕੋ ਦਾ ਪਸਾਰਾ ਹੈ, ਕਰਤਾ। ਕਰ ਜਮਾ ਰਤਾ, ਪਹਿਲਾਂ ਸ੍ਰਿਸ਼ਟੀ ਦਾ ਰੂਪ ਬਣਾਇਆ ਅਤੇ ਫਿਰ ਇਸੇ ਸ੍ਰਿਸ਼ਟੀ ਵਿੱਚ ਆਪ ਬਿਰਾਜਮਾਨ ਹੋ ਗਿਆ। ਜਿੰਨੇ ਵੀ ਮਨੁੱਖ ਜੀਵ ਕੁਦਰਤ ਦੇ ਵੱਖ ਵੱਖ ਰੰਗ ਰੂਪ ਆਦਿਕ ਇਹ ਆਪਣੇ ਰਚਨਹਾਰੇ ਦੇ ਹੁਕਮ ਵਿੱਚ
ਨਿਰੰਤਰ ਜਾਰੀ ਨੇ, ਨਿਰੰਤਰ ਪਏ ਚੱਲਦੇ ਨੇ। ਗੁਰੂ ਨਾਨਕ ਸਾਹਿਬ ਦੇ ਹੀ ਬਚਨ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰੀਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਕਰੋੜਾਂ ਹੀ ਕੋਹਾਂ ਦਿਨ ਰਾਤ, ਇਹ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ ਅਤੇ ਚੰਦਰਮਾ ਧਰਤੀ ਦੀ ਪਰਿਕਰਮਾ ਕਰਦਾ, ਅਤੇ ਸੂਰਜ ਵੀ ਇਹੋ ਜਿਹੇ ਖੰਡਾਂ ਬ੍ਰਹਿਮੰਡਾਂ ਦੀ ਪਰਿਕਰਮਾ ਵਿੱਚ ਦਿਨ ਰਾਤ ਰੁੱਝਿਆ ਹੋਇਆ। ਨਦੀਆਂ ਦਾ ਜਲ ਦਿਨ ਰਾਤ ਨਿਰੰਤਰ ਵਹਿਣ ਵਿੱਚ ਹੈ। ਇਹ ਸਭ ਕੁਦਰਤ ਦੀ ਅਲੌਕਿਕ ਰਚਨਾ, ਅਤੇ ਪਰਮਾਤਮਾ ਹਰ ਇੱਕ ਖੇਡ ਦੇ ਵਿੱਚ ਵਰਤ ਰਿਹਾ। ਕਰਤਾ ਪੁਰਖ, ਇਹ ਜੀਵਨ ਦਾ ਨਜ਼ਰੀਆ ਹੈ। ਨਿਰਭਉ ਨਿਰਵੈਰ, ਇਹ ਹੈ ਪਰਮੇਸ਼ਵਰ ਦਾ ਅਥਾਹ ਗੁਣ। ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਸਤਿਗੁਰੂ ਮਨੁੱਖ ਦੀ ਇਹੋ ਜਿਹੀ ਘਾੜਤ ਘੜਨਾ ਚਾਹੁੰਦੇ ਨੇ ਜੋ ਨਿਰਭਉ ਨਿਰਵੈਰ ਹੋਵੇ, ਅਤੇ ਇਹੋ ਸੱਚ ਦੀ ਰਾਜਨੀਤੀ ਹੈ ਕਿ ਜੀਵਨ ਵਿੱਚ ਸੱਚ ਦੇ ਮਾਰਗ 'ਤੇ ਟੁਰਦਿਆਂ ਕਿਸੇ ਦਾ ਭੈ ਨਾ ਹੋਵੇ, ਅਤੇ ਰਾਜਨੀਤੀ ਦੇ ਸਿੰਘਾਸਨ 'ਚ ਬੈਠਿਆ ਕਿਸੇ ਨਾਲ ਕੋਈ ਵੈਰ ਨਾ ਹੋਵੇ। ਸਤਿਗੁਰੂ ਕੈਸਾ ਧਰਮ ਇਸ ਧਰਤੀ 'ਤੇ ਲੈ ਕੇ ਆਏ ਜਿਸ ਦੀ ਕੋਈ ਦੂਜੀ ਮਿਸਾਲ ਨਹੀਂ। ਸਤਿਗੁਰਾਂ ਦੇ ਮੂਲ ਮੰਤਰ ਵਿੱਚ ਨਿਰਭਉ ਨਿਰਵੈਰ ਤੋਂ ਬਾਅਦ ਪੜ੍ਹਦੇ ਹਾਂ ਅਕਾਲ ਮੂਰਤ। ਉਸ ਪਰਮਾਤਮਾ ਦਾ ਸੁੰਦਰ ਸਰੂਪ ਜੋ ਕਾਲ ਤੋਂ ਰਹਿਤ ਹੈ, ਇਹ ਸਾਰਾ ਸੰਸਾਰ ਕਾਲ ਦੇ ਦਾਇਰੇ ਵਿੱਚ ਹੈ। ਬਾਬਾ ਜੀ ਫਰਮਾਉਂਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੋ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਉਸ ਦੀ ਮੌਤ ਨਿਸ਼ਚਿਤ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਸੰਸਾਰ ਦੇ ਵਿੱਚ ਕੇਵਲ ਪਰਮਾਤਮਾ ਸਦਾ ਥਿਰ ਰਹਿਣ ਵਾਲੀ ਹਸਤੀ ਹੈ, ਉਹ ਕਾਲ ਤੋਂ ਰਹਿਤ ਹੈ। ਕਾਲ ਹੂੰ ਕੋ ਕਾਲ ਹੈ, ਇਸ ਲਈ ਗੁਰੂ ਸਾਹਿਬ ਨੇ ਉਸ ਸੋਹਣੇ ਰੱਬ ਨੂੰ ਮਹਾਂਕਾਲ ਕਹਿ ਕੇ ਵੀ ਪੁਕਾਰਿਆ। ਭਾਵੇਂ ਸਾਡੇ ਕਈ ਪ੍ਰਚਾਰਕ ਵੀਰਾਂ ਨੇ ਇਸ ਮਹਾਂਕਾਲ ਲਫ਼ਜ਼ ਨੂੰ ਕਿਸੇ ਸ਼ਿਵ ਜੀ ਦੇ ਨਾਲ ਜੋੜ ਦਿੱਤਾ, ਕਲਗੀਧਰ ਪਾਤਸ਼ਾਹ ਨੇ ਸਪਸ਼ਟ ਤੌਰ 'ਤੇ ਬਚਨ ਕੀਤਾ ਸੀ, ਮੈਂ ਨਾ ਗਣੇਸ਼ਾਂ ਪ੍ਰਥਮ ਮਨਾਊਂ, ਕਿਸ਼ਨ ਬਿਸ਼ਨ ਕਬਹੂ ਨੇ ਧਿਆਊਂ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋਂ, ਲਿਵ ਲਾਗੀ ਮੋਰੀ ਪੱਗ ਇਨ ਸੋਂ। ਕਾਲ ਹੂੰ ਕੋ ਕਾਲ, ਮਹਾਂਕਾਲ ਕੇਵਲ ਇੱਕ ਪਰਮਾਤਮਾ ਹੈ ਜੋ ਅਕਾਲ ਮੂਰਤ ਹੈ। ਪਤਾ ਨਹੀਂ ਇਸ ਬਚਨ ਦੀ ਵਿਚਾਰ ਕਰਦਿਆਂ
ਕਿਵੇਂ ਸਾਡੇ ਕਈ ਪ੍ਰਚਾਰਕਾਂ ਦੇ ਅੱਗੇ ਸ਼ਿਵ ਜੀ ਆਣ ਖਲੋਤੇ। ਕਲਗੀਧਰ ਪਾਤਸ਼ਾਹ ਤਾਂ ਵਾਰ ਵਾਰ ਫਰਮਾਉਂਦੇ ਨੇ, ਏਕ ਸ਼ਿਵ ਪਏ ਏਕ ਗਏ ਫਿਰ ਏਕ ਪਏ, ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਅਸੀਂ ਕਿਹੜੇ ਮਹਾਂਕਾਲ ਦੇ ਚੱਕਰ ਵਿੱਚ ਪੈ ਗਏ, ਸਾਨੂੰ ਤਾਂ ਸਤਿਗੁਰਾਂ ਨੇ ਅਕਾਲ ਮੂਰਤ ਦੇ ਨਾਲ ਜੋੜਿਆ ਸੀ। ਸੋ ਗੁਰੂ ਸਵਾਰਿਓ, ਜਦੋਂ ਬਾਣੀ ਪੜ੍ਹਦੇ ਹਾਂ ਅਕਾਲ ਮਹਾਂਕਾਲ ਕਾਲ ਹੂੰ ਕੋ ਕਾਲ ਜਾਂ ਕਾਲਕਾ ਲਫਜ਼ ਆਵੇ ਨਾ ਤੇ ਕਿਸੇ ਦੇਵੀ ਦੇਵਤੇ ਵੱਲ ਧਿਆਨ ਨਾ ਜਾਵੇ। ਇਹ ਪਾਵਨ ਲਫਜ਼ ਸਤਿਗੁਰਾਂ ਨੇ ਨਿਰੰਕਾਰ ਪਰਮੇਸ਼ਵਰ ਵਾਹਿਗੁਰੂ ਦੇ ਲਈ ਵਰਤੇ ਨੇ। ਗੁਰੂ ਦੀ ਵਿਚਾਰ ਨੂੰ ਜਾਣੀਏ, ਵਾਦ ਵਿਵਾਦ ਵਿੱਚ ਖਚਤ ਨਾ ਹੋਈਏ। ਅਸਲ ਦੇ ਵਿੱਚ ਅਕਾਲ ਮੂਰਤ ਜਿਸ ਦੀ ਇਹ ਸਾਰੀ ਕਲਾ ਸੰਸਾਰ ਦੇ ਵਿੱਚ ਵਰਤ ਰਹੀ ਹੈ, ਉਸ ਸੋਹਣੇ ਰੱਬ ਦੇ ਚਰਨਾਂ ਨਾਲ ਜੁੜੀ ਹੈ। ਰੱਬ ਦੇ ਨਾਂ 'ਤੇ ਕਿਸੇ ਭਰਮ ਭੁਲੇਖੇ ਵਿੱਚ ਪੈਣਾ ਜਾਂ ਸੰਸਾਰ ਨੂੰ ਭੁਲੇਖਿਆਂ ਵਿੱਚ ਪਾਉਣਾ, ਇਹ ਸੁਚੱਜੇ ਮਨੁੱਖ ਦੀ ਘਾੜਤ ਨਹੀਂ ਹੋ ਸਕਦੀ। ਸਤਿਗੁਰੂ ਨੇ ਉਸ ਸੋਹਣੇ ਰੱਬ ਦਾ ਜ਼ਿਕਰ ਕਰਦਿਆਂ ਅਕਾਲ ਮੂਰਤ ਤੋਂ ਬਾਅਦ ਜਿਹੜਾ ਲਫਜ਼ ਵਰਤਿਆ, ਅਜੂਨੀ ਸੈਭੰ, ਉਹ ਪਰਮੇਸ਼ਵਰ 84 ਲੱਖ ਜੂਨਾਂ ਦੇ ਗੇੜ ਵਿੱਚ ਨਹੀਂ ਆਉਂਦਾ। ਇਸ ਸੰਸਾਰ ਨੂੰ ਪਰਮੇਸ਼ਵਰ ਨੇ ਇਸ ਗੇੜ ਦੇ ਵਿੱਚ ਰੱਖਿਆ। ਉਹ ਤਾਂ ਪਰਮ ਪਿਤਾ ਹੈ, ਕਾਲ ਹੂੰ ਕੋ ਕਾਲ ਹੈ। ਇਸ ਸੰਸਾਰ ਵਿੱਚ, ਇਸ ਸਮੁੱਚੇ ਬ੍ਰਹਿਮੰਡ ਵਿੱਚ, ਸਮੁੱਚੀ ਸ੍ਰਿਸ਼ਟੀ ਵਿੱਚ ਇੱਕ ਪਰਮੇਸ਼ਵਰ ਤਾਂ ਹੈ ਜੋ ਕਾਲ ਦੇ ਦਾਇਰੇ ਵਿੱਚ ਨਹੀਂ, ਸਦਾ ਥਿਰ ਰਹਿਣ ਵਾਲਾ ਹੈ। ਅਤੇ ਇੱਕ ਪਰਮੇਸ਼ਵਰ ਦਾ ਨਾਮ ਜੋ ਉੱਚੀ ਹੂੰ ਉੱਚਾ, ਸੂਚੀ ਹੂੰ ਸੂਚਾ ਹੈ, ਉਹ ਵੀ ਸਦਾ ਥਿਰ ਰਹਿਣ ਵਾਲਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਫੁਰਮਾਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇੱਕ ਪਰਮੇਸ਼ਵਰ ਦਾ ਨਾਮ, ਅਤੇ ਜੋ ਪਰਮੇਸ਼ਵਰ ਦਾ ਨਾਮ ਜਪਦੇ ਨੇ, ਜਪਦਿਆਂ ਜਪਦਿਆਂ ਪਰਮੇਸ਼ਵਰ ਵਿੱਚ ਇੱਕ ਮਿਕ ਹੋ ਜਾਂਦੇ ਨੇ, ਉਹ ਵੀ ਫੇਰ ਆਤਮਕ ਮੌਤ 'ਤੇ ਕਦੇ ਮਰਦੇ ਨਹੀਂ, ਅਭੇਦ ਜੋ ਹੋ ਗਏ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਪਰਮੇਸ਼ਵਰ ਨੇ ਨਾਮ ਜਪਣ ਵਾਲਿਆਂ ਨੂੰ ਆਪਣੇ ਸਰੂਪ ਵਿੱਚ ਹੀ ਅਭੇਦ ਕਰ ਲਿਆ। ਇਸੇ ਲਈ ਭਗਤ ਕਬੀਰ ਅਮਰ ਹੋ ਗਿਆ, ਇਸੇ ਲਈ ਭਗਤ ਰਵਿਦਾਸ ਅਮਰ ਹੋ ਗਿਆ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ। ਜਿਨ੍ਹਾਂ ਤੋਹੇ ਧਿਆਇਓ ਤਿੰਨ ਪੂਰਨ ਪ੍ਰਤਾਪ ਪਾਇਓ, ਕਲਗੀਧਰ ਪਾਤਸ਼ਾਹ ਦੇ ਬਚਨ। ਉਹ ਪਰਮੇਸ਼ਵਰ ਜੋ 84 ਲੱਖ ਦੇ ਗੇੜ ਤੋਂ ਬਾਹਰ ਹੈ, ਸੈਭੰਗ, ਜੋ ਆਪਣੇ ਆਪ ਤੋਂ ਪੈਦਾ ਹੋਇਆ ਹੈ, ਕਿਸੇ ਮਾਤਾ ਦੇ ਗਰਭ ਦੇ ਵਿੱਚੋਂ ਜਨਮ ਨਹੀਂ ਲਿਆ, ਸੈਭੰਗ, ਜਿਸ ਨੂੰ ਸਾਡੇ ਮੁਸਲਮਾਨ ਵੀਰ ਖੁਦਾ ਕਹਿੰਦੇ ਹਨ, ਭਾਵ ਜੋ ਖੁਦ ਤੋਂ ਪੈਦਾ ਹੋਇਆ, ਕਿਸੇ ਸਰੀਰ ਵਿੱਚੋਂ ਨਹੀਂ। ਕਿਉਂਕਿ ਜੇ ਕਿਸੇ ਸਰੀਰ ਵਿੱਚੋਂ ਕੋਈ ਪੈਦਾ ਹੋਇਆ, ਫਿਰ ਤਾਂ ਉਹਦੀ ਮੌਤ ਨਿਸ਼ਚਿਤ ਹੈ, ਅਤੇ ਨਿਰੰਕਾਰ ਸਵਯੰਭੂ ਸ਼ਕਤੀ ਹੈ।
ਇਸੇ ਲਈ ਉਸ ਵਰਗਾ ਦੂਜਾ ਕੋਈ ਨਹੀਂ। ਅਤੇ ਨਾਲ ਪੜ੍ਹਦੇ ਹਾਂ ਗੁਰਪ੍ਰਸਾਦ, ਉਹ ਗੁਰੂ ਪੂਰੇ ਦੇ ਕਰਮ ਦੇ ਸਦਕੇ ਪ੍ਰਾਪਤ ਹੁੰਦਾ ਹੈ। ਜਦੋਂ ਗੁਰੂ ਦਾ ਕਰਮ ਹੋ ਜਾਵੇ, ਗੁਰੂ ਦਾ ਪ੍ਰਸਾਦ ਹੋ ਜਾਵੇ, ਅਤੇ ਇਹ ਗੁਰਪ੍ਰਸਾਦ ਸ਼ਬਦ ਦੁਆਰਾ ਹੀ ਪ੍ਰਗਟ ਹੁੰਦਾ ਹੈ। ਸਤਿਗੁਰਾਂ ਨੇ ਸ਼ਬਦ ਦੀ ਐਸੀ ਰੀਤ ਚਲਾਈ ਜਿਸ ਦੇ ਵਿੱਚੋਂ ਗੁਰੂ ਦੀ ਮਿਹਰ ਦਾ ਪਾਤਰ ਬਣਿਆ ਜਾ ਸਕੇ। ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸੁੱਖ ਨੇ ਗੁਰਪ੍ਰਸਾਦ ਤੋਂ ਬਿਨਾਂ ਸੰਭਵ ਨਹੀਂ। ਇੱਕ ਸ਼ਬਦ ਆਮ ਤੌਰ 'ਤੇ ਗੁਰੂ ਕੇ ਸਿੱਖ ਪੜ੍ਹਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਜੇ ਲਫ਼ਜ਼ ਨੂੰ ਥੋੜ੍ਹਾ ਜਿਹਾ ਗੌਰ ਨਾਲ ਵਿਚਾਰੀਏ, ਜਿਸ ਨੂੰ ਹਿੰਦੀ ਵਿੱਚ ਆਖਦੇ ਨੇ ਯਦੀ ਅਤੇ ਅੰਗਰੇਜ਼ੀ ਵਿੱਚ ਆਖਦੇ ਨੇ ਇਫ। ਜੇ ਗੁਰੂ ਦੀ ਨਜ਼ਰ ਹੋਵੇ, ਜੇ ਗੁਰੂ ਵੱਲ ਹੋਵੇ, ਤਾਂ ਇਹ ਖੁਸ਼ੀਆਂ ਅਤੇ ਪਾਤਸ਼ਾਹੀਆਂ ਪ੍ਰਾਪਤ ਹੁੰਦੀਆਂ ਨੇ। ਭਾਵ ਇਹ ਖੁਸ਼ੀਆਂ ਅਤੇ ਪਾਤਸ਼ਾਹੀਆਂ ਗੁਰਪ੍ਰਸਾਦ ਵਿੱਚੋਂ ਹੀ ਪ੍ਰਗਟ ਹੁੰਦੀਆਂ ਨੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛੇਈ ਜਾਂ ਹਰ ਬਖਸ਼ੰਦਾ, ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ ਜਾਂ ਤੁਧ ਭਾਵੰਦਾ। ਜਦੋਂ ਤੱਕ ਗੁਰੂ ਨੂੰ ਨਹੀਂ ਭਾਉਂਦਾ ਤਾਂ ਤੱਕ ਇਹ ਖੇਡ ਵਰਤਣੀ ਸੰਭਵ ਨਹੀਂ। ਅਤੇ ਇਹ ਸਾਰੀਆਂ ਖੁਸ਼ੀਆਂ, ਇਹ ਸਾਰੇ ਸੁੱਖ, ਸਾਰੀਆਂ ਭਾਵਨਾਵਾਂ ਗੁਰਪ੍ਰਸਾਦ ਵਿੱਚੋਂ ਪ੍ਰਗਟ ਹੁੰਦੀਆਂ ਨੇ। ਇਸੇ ਲਈ ਸਤਿਗੁਰਾਂ ਨੇ ਥਾਂ ਥਾਂ 'ਤੇ ਗੁਰਪ੍ਰਸਾਦ ਦਾ ਜ਼ਿਕਰ ਕੀਤਾ। ਗੁਰਪ੍ਰਸਾਦ ਕਹਿ ਲਓ, ਗੁਰੂ ਦਾ ਕਰਮ ਕਹਿ ਲਓ, ਗੁਰੂ ਦੀ ਮਿਹਰ ਕਹਿ ਲਓ, ਗੁਰੂ ਦੀ ਨਜ਼ਰ ਕਹਿ ਲਓ, ਗੁਰੂ ਦੀ ਦਇਆ ਕਹਿ ਲਓ, ਮਿਹਰਾਮਤ ਕਹਿ ਲਓ, ਬਖਸ਼ਿਸ਼ ਕਹਿ ਲਓ, ਇਹਦਾ ਅਖਰੀ ਭਾਵ ਇੱਕੋ ਹੀ ਹੈ, ਗੁਰਪ੍ਰਸਾਦ। ਸੱਚੇ ਪਾਤਸ਼ਾਹ ਆਪਣੀ ਮਿਹਰਾਮਤ ਸਦਕਾ ਗੁਰਬਾਣੀ ਦੇ ਇਸ ਭਾਵ ਦੇ ਵਿੱਚੋਂ ਗੁਰਪ੍ਰਸਾਦ ਦੀ ਪ੍ਰਾਪਤੀ ਦਾ ਚੱਜ ਦਰਸਾਉਂਦੇ ਨੇ। ਇਹ ਤਰਸ ਕਿਵੇਂ ਹੋਇਆ, ਇਹ ਬਖਸ਼ਿਸ਼ ਕਿਵੇਂ ਵਰਤੇ, ਮੂਲ ਮੰਤਰ ਦੇ ਜਾਪ ਦੇ ਵਿੱਚੋਂ ਨਿਰੰਕਾਰ ਪਰਮੇਸ਼ਵਰ ਦੇ ਗੁਣ ਪੜ੍ਹਨਾ, ਵਿਚਾਰਨਾ ਅਤੇ ਹਿਰਦੇ ਵਿੱਚ ਧਾਰਨ ਕਰਨਾ, ਇਸ ਖੇਡ ਨੂੰ ਧਰਮ ਕਿਹਾ। ਅਤੇ ਇਸ ਮਾਰਗ 'ਤੇ ਤੁਰਨ ਵਾਲਿਆਂ ਨੂੰ ਗੁਰੂ ਦੇ ਸਿੱਖ ਕਿਹਾ ਜਾਂਦਾ। ਜੋ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਧਰਮ ਦੇ ਮਾਰਗ 'ਤੇ ਅਗਾਂਹ ਵੱਧਦੇ ਨੇ, ਕਦਮ ਪੁੱਟਦੇ ਨੇ, ਇੱਕ ਦਿਨ ਮਾਲਕ ਪਰਮੇਸ਼ਵਰ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਨੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਦੇ ਹੁਕਮ ਵਿੱਚ ਰਹਿਣਾ, ਇਹ ਗੁਰਪ੍ਰਸਾਦ ਦੀ ਪ੍ਰਾਪਤੀ ਹੈ। ਗੁਰੂ ਦੇ ਬਚਨ ਨੂੰ ਮੰਨਣਾ ਅਤੇ ਕਮਾਉਣਾ, ਇਹ ਜੀਵਨ ਦੀ ਅਸਲ ਖੇਡ ਹੈ।
ਤੇ ਗੁਰੂ ਦੇ ਆਸ਼ੇ ਅਨੁਸਾਰ ਇੱਕ ਮਿੱਕ ਹੋ ਜਾਣਾ ਪਰਮਾਤਮਾ ਦੇ ਸਰੂਪ ਵਿੱਚ, ਇਹ ਮੰਜ਼ਿਲ ਹੈ। ਬਾਬਾ ਜੀ ਫਰਮਾਉਂਦੇ ਨੇ ਇਹ ਮੰਜ਼ਿਲ ਕਿਵੇਂ ਪ੍ਰਾਪਤ ਹੋਵੇ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਜਿੱਥੇ ਜਾਏ ਬਈ ਪਲਾ